ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਦੋਸਤੋ ਕੁਝ ਮਹੀਨੇ ਪਹਿਲਾਂ ਜਿਹੜੀ ਜੀਡੀਐਸ ਯਾਨੀ ਗ੍ਰਾਮੀਣ ਡਾਕ ਸੇਵਕ ਵੱਲੋਂ ਜੋਬ ਰਿਕਰੂਟਮੈਂਟ ਦੀ ਅਨਾਉਂਸਮੈਂਟ ਹੋਈ ਸੀ ਪੰਜਾਬ ਵਿੱਚ ਟੋਟਲ 516 ਪੋਸਟਾਂ ਸਨ ਤੇ ਹੁਣ ਉਸ ਦਾ ਰਿਜ਼ਲਟ ਜਿਹੜਾ ਆਊਟ ਹੋ ਚੁੱਕਾ ਹੈ ਬਟ ਇਹਨਾਂ ਦੀ ਵੈਬਸਾਈਟ ਕਾਫੀ ਬੀਜੀ ਚੱਲ ਰਹੀ ਹੈ ਜਿਹੜੀ ਐਪੋਸਟ ਦੀ ਵੈਬਸਾਈਟ ਹੈ ਤਾਂ ਕਰਕੇ ਮੈਂ ਆਲਰੇਡੀ ਇਹ ਰਿਜ਼ਲਟ ਡਾਊਨਲੋਡ ਕਰ ਲਿਆ ਤੁਹਾਡੇ ਸਾਹਮਣੇ ਹੈ ਹੁਣ ਤੁਸੀਂ ਇਸ ਲਿਸਟ ਵਿੱਚ ਆਪਣਾ ਨਾਮ ਕਿਵੇਂ ਚੈੱਕ ਕਰਨਾ ਹੈ ਦੋਸਤੋ ਸਿੰਪਲ ਜਿਹਾ ਤਰੀਕਾ ਦੱਸਾਂਗਾ ਇਹ ਸਾਰੀ ਲਿਸਟ ਜਿਹ ਜੇ ਤੁਸੀਂ ਇਹ ਪੂਰੀ ਲਿਸਟ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ ਜੇ ਤੁਸੀਂ ਫਿਰ ਵੀ ਆਪਣਾ ਨਾਮ ਇਸ ਲਿਸਟ ਵਿੱਚ ਚੈੱਕ ਨਹੀਂ ਕਰ ਪਾਰੇ ਤਾਂ ਮੈਨੂੰ ਆਪਣਾ ਜਿਹੜਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਜਿਹੜਾ ਕਿ ਕਮੈਂਟ ਵਿੱਚ ਲਿਖ ਦਿਓ ਤਾਂ ਮੈਂ ਚੈੱਕ ਕਰਕੇ ਫਟਾਫਟ ਤੁਹਾਨੂੰ ਰਿਪਲਾਈ ਕਰ ਦਿਆਂਗਾ ਕਿ ਤੁਹਾਡਾ ਸਿਲੈਕਸ਼ਨ ਹੋਇਆ ਹੈ ਜਾਂ ਨਹੀਂ ਤੇ ਜਦੋਂ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾਓਗੇ ਤਾਂ ਇਸ ਲਿੰਕ ਉੱਪਰ ਕਲਿੱਕ ਕਰੋਗੇ ਤਾਂ ਇਹ ਜਿਹੜੀ ਪੂਰੀ ਪੀਡੀਐਫ ਫਾਈਲ ਤੁਹਾਡੇ ਸਾਹਮਣੇ ਓਪਨ ਹੋ ਜਾਵੇ। ਹੁਣ ਕਰਨਾ ਹੈ ਕਿ ਇੱਧਰ ਆਪਾਂ ਨੂੰ ਸਰਚ 바ਰ ਦਾ ਆਪਸ਼ਨ ਮਿਲ ਜਾਂਦਾ ਹੈ। ਇਸ ਤੇ ਆਪਾਂ ਕਲਿੱਕ ਕਰਾਂਗੇ। ਹੁਣ ਐਗਜ਼ਾਮਪਲ ਦੇ ਤੌਰ ਤੇ ਮੈਂ ਸਰਚ ਕੀਤਾ ਹੋਇਆ ਸੀ ਮੌੜ ਮੰਡੀ ਤੋਂ ਕਿੰਨੇ-ਕਿੰਨੇ ਕੈਂਡੀਡੇਟ ਦੀ ਸਿਲੈਕਸ਼ਨ ਹੋਈ ਹੈ। ਤਾਂ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਬਠਿੰਡਾ ਡਿਸਟ੍ਰਿਕਟ ਮੌੜ ਦੇ ਜਿਹੜੇ ਤਿੰਨ ਕੈਂਡੀਡੇਟਾਂ ਦੀ ਸਿਲੈਕਸ਼ਨ ਹੋਈ ਹੈ ਉਹਨਾਂ ਨੂੰ ਮੇਰੇ ਵੱਲੋਂ ਸ਼ੁਭਕਾਮਨਾ ਹੈ। ਐਣ ਜਿਹੇ ਖੁਸ਼ਖਬਰੀ ਮੇਰੇ ਚੈਨਲ ਵੱਲੋਂ ਤੁਹਾਨੂੰ ਮਿਲ ਰਹੀਆਂ ਤਾਂ ओके दोस्तों जे कोई सवाल है इस लेटर ਦਾ ਵੀਡੀਓ ਵਿੱਚ ਕਮੈਂਟ ਕਰ ਦਿਓ ਜੇ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ سپورਟ ਦੀ ਬਹੁਤ ਜ਼ਰੂਰਤ ਹੈ